ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਸਮੂਹ ਅਕਾਲੀ ਅਹੁਦੇਦਾਰਾਂ ਅਤੇ ਵਰਕਰਾਂ ਦੇ ਸਹਿਯੋਗ ਨਾਲ ਸਬ ਡਿਵੀਜ਼ਨ ਅਮਲੋਹ ਦੀ ਅਨਾਜ ਮੰਡੀ ਵਿੱਚ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਦਾ ਖੁਲਾਸਾ ਕਰਨ ਅਤੇ ਉਹਨਾਂ ਦੀਆਂ ਪੋਲ ਖੋਲ੍ਹਣ ਲਈ ਇੱਕ ਪੋਲ ਖੋਲ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਨ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਬੀਬੀ ਜਗੀਰ ਕੌਰ ਅਤੇ ਹੋਰ ਅਕਾਲੀ ਲੀਡਰ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਜਦ ਪੰਜਾਬ ਦੇ ਹਰ ਕੋਨੇ 'ਚ ਹੋਣ ਲੱਗ ਪਏ ਕਾਂਗਰਸ ਦੇ ਐਮਐਲਏਆਂ ਨੂੰ ਗੱਡੀਆਂ 'ਚੋਂ ਲਾ ਕੇ ਤੁਸੀਂ ਇਸ ਗੱਲ ਤੇ ਮਜਬੂਰ ਕਰਨ ਲੱਗ ਪਏ ਕਿ ਸਾਡਾ ਹੱਕ ਇੱਥੇ ਰੱਖ ਨਹੀਂ ਬੰਦ ਕਰਦੀ, ਸ਼ਗਨ ਵੀ ਬੰਦ ਕਰਦੀ, ਬੱਸ ਵੀ ਬੰਦ ਕਰਦੀ, ਹੁਣ ਇਹਨਾਂ ਨੇ ਸੜਕਾਂ ਵੀ ਤੋੜ ਦੇਣੀਆਂ, ਸੀਵਰੇਜ ਵੀ ਬੰਦ ਹੈ, ਇਹਨਾਂ ਸਾਰਾ ਕੁਝ ਬੰਦ। ਬੜਾ ਰੈਲੀਆਂ ਦੇ ਵਿੱਚ ਉਤਸ਼ਾਹ ਮਿਲ ਰਿਹਾ, ਸੜਕਾਂ 'ਤੇ ਲੋਕ ਆਏ ਹੋਏ ਨੇ, ਲੋਕਾਂ ਦੀ ਆ ਇਹ ਗੁੱਸਾ ਇੱਕ ਸਾਲ ਦੇ ਅੰਦਰ ਇੰਨੀ ਛੇਤੀ ਬਦਨਾਮ ਕੋਈ ਸਰਕਾਰ ਨਹੀਂ ਹੋਈ ਜਿੰਨੀ ਕੈਪਟਨ ਸਾਹਿਬ ਬਦਨਾਮ ਹੋਏ, ਕਿਉਂਕਿ ਇਹ ਸਰਕਾਰ ਨੇ ਧੋਖਾ ਦਿੱਤਾ, ਪੰਜਾਬੀਆਂ ਦੇ ਪਿੱਠ 'ਤੇ ਛੁਰਾ ਮਾਰਿਆ, ਇਹ ਤੋਂ ਘਟੀਆ ਕੰਮ ਨਹੀਂ ਹੋ ਸਕਦਾ। ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਢਿੱਲੋਂ ਦੀ ਰਿਪੋਰਟ, ਚੈਨਲ 2।